ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀਆਂ ਕਹਿੰਦੇ ਆ ਸਵੈਣ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰ ਲਈਏ ਭਾਰਤ ਤੇ ਚੀਨ ਦੀ ਕਿ ਭਾਰਤ ਦੇ ਵਿਦੇਸ਼ ਮੰਤਰੀ ਨੇ ਪਿਛਲੇ ਦਿਨੇ ਕਿਹਾ ਸੀ ਕਿ ਚੀਨ ਪਿਛਲੇ 7 ਮਹੀਨਿਆਂ ਤੋਂ ਸਰਹੱਦ ਤੇ ਫੌਜਾਂ ਦੀ ਜਿਹੜੀ ਤਾਇਨਾਤੀ ਕਰਕੇ ਤਣਾਅ ਨੂੰ ਜਿਹੜਾ ਹੈ ਉਹ ਵਧਾ ਰਿਹਾ ਹੈ ਇਸ ਲਈ 5 ਕਿਸਮ ਦੇ ਉਹ ਬਹਾਨੇ ਵੀ ਕੱਢ ਰਿਹਾ ਹੈ ਸੋ ਚੀਨ ਦੇ ਵਿਦੇਸ਼ ਮੰਤਰੀ ਨੇ ਇਸ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਹੈ ਕਿ ਸਰਹੱਦ ਤੇ ਤਣਾਅ ਲਈ ਭਾਰਤ ਜ਼ਿੰਮੇਵਾਰ ਹੈ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਤੁਹਾਨੂੰ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਕਰਨਾ ਚਾਹੋਗੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਭਾਰਤ ਨੂੰ ਜਿਹੜੀ ਗਲਵਾਨ ਦੇ ਵਿੱਚ ਪਈ ਕੁੱਟ ਹੈ ਜਾਂ ਦੂਸਰੀ ਉਹ ਭੁੱਲ ਰਹੇ ਹਨ ਇਹਨਾਂ ਦਾ ਇਹਨਾਂ ਨੂੰ ਫੇਰ ਪੰਜਾਬੀ 'ਚ ਕਹਿੰਦੇ ਨੇ ਖੁਰਕ ਹੋ ਰਹੀ ਹੈ ਛਿੱਤਰ ਖਾਣ ਨੂੰ ਇਹਨਾਂ ਦਾ ਜੀ ਕਰਦਾ ਹੈ ਕਿਉਂਕਿ ਅਸੀਂ ਜਿਹੜਾ ਇਹ ਦੇਖਿਆ ਸੀ ਕਿ ਕਿਵੇਂ ਇਹਨਾਂ ਦੇ ਫੋਰਨ ਮਿਨਿਸਟਰ ਜੈਸ਼ੰਕਰ ਨੇ ਏਸ਼ੀਆਨ ਕਾਨਫਰੰਸ ਦੇ ਵਿੱਚ ਜਦੋਂ ਇਹ ਕਿਹਾ ਕਿ ਜੀ ਚੀਨ ਤਣਾਅ ਪੈਦਾ ਕਰ ਰਿਹਾ ਬਾਰਡਰ ਦੇ ਉੱਤੇ ਫੌਜ ਲੈ ਕੇ ਆ ਗਿਆ ਹੈ ਔਰ 7 ਮਹੀਨੇ ਤੋਂ ਚੱਲ ਰਿਹਾ ਸਟੈਂਡ ਆਫ ਜਿਹੜਾ ਵੀ ਐਗਰੀਮੈਂਟ ਚੀਨ ਨੇ ਕੀਤਾ ਉਸ ਤੋਂ ਬੈਕ ਆਫ ਕਰਦਾ ਹੈ ਔਰ ਉਹਨਾਂ ਨੇ ਇਹ ਇਹਦੇ ਚ ਨਾਲ ਇਹ ਕਿਹਾ ਸੀ ਕਿ ਨਾਓ ਫੋਰ ਸਮ ਰੀਜ਼ਨ ਫੋਰ ਵਿਚ ਦਾ ਚਾਈਨੀਜ਼ ਹੈਵ ਟੂ ਡੇਟ ਗਿਵਨ ਅਸ 5 ਡਿਫਰੈਂਟ ਐਕਸਪਲੇਨੇਸ਼ਨ ਦਾ ਚਾਈਨੀਜ਼ ਹੈਵ ਵਾਇਓਲੇਟਡ ਇਟ ਦਾ ਚਾਈਨੀਜ਼ ਹੈਵ ਲਿਟਰਲੀ ਬਰੋਡ ਟੈਨਸ ਆਫ ਥਾਊਜੈਂਡਸ ਆਫ ਸੋਲਜਰਸ ਇਨ ਫੁੱਲ ਮਿਲਟਰੀ ਪ੍ਰੈਪਰੇਸ਼ਨ ਮੋਡ ਰਾਈਟ ਟੂ ਦਾ ਐਲ ਏ ਸੀ ਇਨ ਲੱਦਾਖ ਔਰ ਇਹ ਉਹਨੇ ਕਿਹਾ ਜੀ ਕਿ ਚੀਨ 5 ਕਿਸਮ ਦੇ ਬਹਾਨੇ ਘੜ ਰਿਹਾ ਔਰ ਉੱਥੇ ਜੋ ਵਾਇਲੇਸ਼ਨ ਚੀਨ ਨੇ ਕੀਤੀਆਂ ਔਰ ਜੋ ਕਰਦੇ ਨੇ ਇਕਰਾਰ ਉਸ ਤੋਂ ਮੁੱਕਰਦੇ ਨੇ ਹੁਣ ਇਹ ਜਦੋਂ ਇਹਦੀ ਸਟੇਟਮੈਂਟ ਹੀ ਆਈ ਤਾਂ ਮੈਂ ਕਿਹਾ ਵੀ ਚੀਨ ਵਾਲੇ ਭਾਵੇਂ ਅੰਡਰ ਸਟੇਟਮੈਂਟ ਦਿੰਦੇ ਨੇ ਬਹੁਤ ਵਾਰ ਉਹ ਕਰਕੇ ਦਿਖਾਉਂਦੇ ਨੇ ਜ਼ਬਾਨੀ ਕਲਾਮੇ ਪਰ ਮੈਂ ਕਿਹਾ ਵੀ ਇਹ ਇਹਨੂੰ ਉਹ ਕਰਨਗੇ ਰਿਸਪੋਂਡ ਔਰ ਅੱਜ ਮੇਨ ਇਹਨਾਂ ਦੇ ਹੀ ਮੀਡੀਆ ਦੀ ਖਬਰ ਹੈ ਇੰਡੀਆ ਟੋਟਲੀ ਕੋਟ ਅਨ ਕੋਟ ਕੌਮਿਆਂ ਦੇ ਵਿੱਚ ਇੰਡੀਆ ਟੋਟਲੀ ਰਿਸਪੋਂਸੀਬਲ ਫਾਰ ਐਲ ਏ ਸੀ ਸਿਚੁਏਸ਼ਨ ਚਾਈਨਾ ਉਹਨਾਂ ਨੇ ਕਿਹਾ ਵੀ ਬਿਲਕੁਲ ਪੂਰੀ ਤਰ੍ਹਾਂ ਇਹ ਜ਼ਿੰਮੇਵਾਰ ਹੈ ਔਰ ਉਹਦੇ 'ਚ ਉਹਨਾਂ ਦੀ ਚਾਈਨਾ ਔਨ ਥਰਸਡੇ ਸੈਡ ਦਾ ਰਿਸਪੋਂਸੀਬਿਲਿਟੀ ਟੋਟਲੀ ਲਾਈਜ਼ ਵਿਦ ਇੰਡੀਅਨ ਸਾਈਡ ਫਾਰ ਦਾ ਸਿਚੁਏਸ਼ਨ ਅਲੋਂਗ ਦਾ ਲਾਈਨ ਆਫ ਐਕਚੁਅਲ ਕੰਟਰੋਲ ਰਿਸਪੋਂਡਿੰਗ ਟੂ ਐਕਸਟਰਨਲ ਅਫੇਅਰ ਮਿਨਿਸਟਰ ਜੈਸ਼ੰਕਰ ਸਟੇਟਮੈਂਟ ਦੈਟ ਚਾਈਨਾ ਹੈਡ ਵਾਇਲੇਟਡ ਬਾਰਡਰ ਐਗਰੀਮੈਂਟਸ ਬਾਈ ਡਿਪਲੋਇੰਗ ਏ ਲਾਰਜ ਨੰਬਰ ਆਫ ਸੋਲਜਰਸ ਅਲੋਂਗ ਦਾ ਬਾਰਡਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਹਾਡਾ ਪਾਰਟ ਹੈ ਦਾ ਮੈਰਿਟਸ ਆਫ ਦਾ ਸਿਚੁਏਸ਼ਨ ਐਟ ਦਾ ਬਾਰਡਰ ਏਰੀਆ ਆਰ ਵੈਰੀ ਕਲੀਅਰ ਐਂਡ ਰਿਸਪੋਂਸੀਬਿਲਿਟੀ ਟੋਟਲੀ ਲਾਈਜ਼ ਵਿਦ ਇਨ ਦਾ ਇੰਡੀਅਨ ਸਟੇਟ ਵੀ ਬਿਲਕੁਲ ਕਲੀਅਰ ਹੈ ਔਰ ਬਿਲਕੁਲ ਜ਼ਿੰਮੇਵਾਰੀ ਇਹਨਾਂ ਦੇ ਸਿਰ ਹੈ ਚਾਈਨਾ ਹੈਜ਼ ਬੀਨ ਸਟ੍ਰਿਕਟਲੀ ਓਬਜ਼ਰਵਿੰਗ ਦਾ ਐਗਰੀਮੈਂਟਸ ਸਾਈਨਡ ਬਿਟਵੀਨ ਦਾ ਟੂ ਸਾਈਡਸ ਐਂਡ ਕਮਿਟਡ ਟੂ ਰਿਜ਼ੋਲਵਿੰਗ ਦਾ ਬਾਰਡਰ ਇਸ਼ੂ ਥਰੂ ਡਾਇਲੋਗ ਐਂਡ ਵੀ ਆਰ ਕਮਿਟਡ ਟੂ ਸੇਫਗਾਰਡਿੰਗ ਰੀਜਨਲ ਪੀਸ ਐਂਡ ਟ੍ਰੈਂਕੁਲਿਟੀ ਐਟ ਬਾਰਡਰ ਏਰੀਆਜ਼ ਕਿ ਅਸੀਂ ਜੋ ਐਗਰੀਮੈਂਟ ਸਾਈਨ ਕੀਤੇ ਨੇ ਅਸੀਂ ਉਹਨਾਂ ਦੇ ਨਾਲ ਖਲੋਤੇ ਹਾਂ ਔਰ ਇਹਨੂੰ ਅਸੀਂ ਪੀਸਫੁਲੀ ਰਿਜ਼ੋਲਵ ਕਰਨਾ ਚਾਹੁੰਦੇ ਹਾਂ ਬਟ ਲਾਈਕ ਆਲ ਸੋਵਰਨ ਸਟੇਟਸ ਵੀ ਆਰ ਡਿਟਰਮਿੰਡ ਟੂ ਸੇਫਗਾਰਡਿੰਗ ਅਵਰ ਟੈਰੀਟੋਰੀਅਲ ਇੰਟੈਗ੍ਰਿਟੀ ਉਹਨਾਂ ਨੇ ਕਿਹਾ ਵੀ ਮਤ ਅਮਰੀਕਾ ਦੇ ਨਾਲ ਯਾਰੀ ਕਿ ਜੀ ਹੁਣ ਤੁਸੀਂ ਹਾਥੀ ਤੁਹਾਡਾ ਜਿਹੜਾ ਉਹ ਯਾਰ ਬਣ ਗਿਆ ਤੇ ਹੁਣ ਤੁਸੀਂ ਸਮਝੋ ਕਿ ਵੀ ਚਲੋ ਰਲ ਮਿਲ ਕੇ ਅਸੀਂ ਵੀ ਇੱਕੀ ਹੋ ਗਏ ਉਹ ਤੁਸੀਂ ਸੁਣੀ ਹੋਈ ਆ ਇੱਕੀ ਵਾਲੀ ਗੱਲ ਕਿ ਨਹੀਂ ਹੁੰਦਾ ਨਾ ਬੀਬੀਆਂ ਦੇ ਜਦੋਂ ਸ਼ਗਨ ਪਾਉਣ ਜਾਂਦੀਆਂ ਕਿਉਂ ਕਿਸੇ ਗਈਆਂ ਤੇ ਉਹਨੂੰ ਦੋਨਾਂ ਨੇ ਕਿਹਾ ਭੈਣਾਂ ਤੁਹਾਡੇ ਕੋਲ ਕਿੰਨੇ ਆ ਉਹਨੇ ਕਿਹਾ ਜੀ ਮੇਰੇ ਕੋਲ ਤਾਂ 20 ਦਾ ਨੋਟ ਹੈ ਉਹਨੇ ਕਿਹਾ ਮੇਰੇ ਕੋਲ ਜਿਹੜਾ ਬੱਝਾ ਹੈਗਾ ਵੱਡਾ ਨੋਟ 100 ਦਾ ਟੁੱਟਾ ਤਾਂ ਇੱਕੋ ਹੀ ਹੈ ਕਹਿੰਦੇ ਚਲੋ ਅਸੀਂ ਦੋਨੋਂ ਹੀ ਪਾ ਦਿੰਦੇ ਮਿਲ ਕੇ ਉਹਨਾਂ ਜਾ ਕੇ ਪਾਤਾ ਜਦੋਂ ਮੁੜੀਆਂ ਤੇ ਫਿਰ ਦੂਜੀਆਂ ਬੀਬੀਆਂ ਦੀ ਵੀ ਆਦਤ ਹੁੰਦੀ ਹੈ ਜਾਣਨ ਦੀ ਵੀ ਕੀ ਦੇ ਕੇ ਆਇਆ ਉਹਨੇ ਪੁੱਛਿਆ ਕਿ ਜੀ ਕੀ ਪਾਇਆ ਤੁਸੀਂ ਜਿਹਨੇ 20 ਦਿੱਤੇ ਸੀ ਉਹ ਤਾਂ ਨਹੀਂ ਬੋਲੀ 1 ਰੁਪਈਏ ਵਾਲੀ ਬੋਲੀ ਕਹਿੰਦੀ ਪੈਣਾ ਪਾਉਣਾ ਕੀ ਸੀ ਰਲ ਮਿਲ ਕੇ ਇੱਕ ਹੀ ਕਰਤੇ ਰਲ ਮਿਲ ਕੇ ਇੱਕ ਹੀ ਕਰਤੇ ਹੁਣ ਇਹਨਾਂ ਨੂੰ ਲੱਗਿਆ ਵੀ ਅਮਰੀਕਾ ਬਹਾਦਰ ਜਿਹੜਾ ਉਹ ਸਾਡੇ ਆ ਗਿਆ ਤੇ ਹੁਣ ਅਸੀਂ ਚੀਨ ਨੂੰ ਕਹੀਏ ਦੇਖੋ ਸਾਡਾ ਕਿੰਨਾ ਵੱਡਾ ਯਾਰ ਹੈ ਤੇ ਚੀਨ ਦੀ ਅਜੇ ਇਹਨਾਂ ਨੂੰ ਭੁੱਲ ਗਿਆ ਔਰ ਇਹ ਜਿਸ ਕਿਸਮ ਦਾ ਵਰਤਾਰਾ ਸੋ ਉਹਨਾਂ ਨੇ ਸਟ੍ਰਿਕਟਲੀ ਇਹ ਕਿਹਾ ਵੀ ਖਬਰਦਾਰ ਹੁਣ ਜਦੋਂ ਸੋਵਰਨਿਟੀ ਇੰਟੈਗ੍ਰਿਟੀ ਦੀ ਗੱਲ ਕਰਦੇ ਨੇ ਇਕੱਲੇ ਲੱਦਾਖ ਜਾਂ ਅਰੁਣਾਚਲ ਉਹ 3500 ਕਿਲੋਮੀਟਰ ਦੀ ਗੱਲ ਨਹੀਂ ਕਰਦੇ ਸਾਊਥ ਚਾਈਨਾ ਸੀ ਵੀ ਔਰ ਇੰਡੀਅਨ ਓਸ਼ਨ 'ਚ ਆ ਕੇ ਵੀ ਉਹਨਾਂ ਨੇ ਆਪਣਾ ਅੱਗੇ ਜਲਵਾ ਦਿਖਾਇਆ ਉਹਨਾਂ ਨੇ ਕਿਹਾ ਬਟ ਲਾਈਕ ਆਲ ਸੋਵਰਨ ਸਟੇਟਸ ਵੀ ਆਰ ਡਿਟਰਮਿੰਡ ਇਨ ਸੇਫ ਗਾਰਡਿੰਗ ਅਵਰ ਟੈਰੀਟੋਰੀਅਲ ਇੰਟੈਗ੍ਰਿਟੀ ਸੋ ਔਨ ਦਾ ਇੰਡੀਅਨ ਸਾਈਡ ਆਈ ਥਿੰਕ ਦਿਸ ਇਜ਼ ਏ ਸੀਰੀਅਸ ਕੁਐਸਚਨ ਔਨ ਵਟ ਇਟ ਸ਼ੁੱਡ ਰਿਫਲੈਕਟ ਅਪੋਨ ਇਹ ਬਹੁਤ ਸਟਰੋਂਗ ਰਿਐਕਸ਼ਨ ਹੈ ਉਹਨਾਂ ਨੇ ਕਿਹਾ ਅਕਲ ਨੂੰ ਹੱਥ ਮਾਰੋ ਇਹ ਜਦੋਂ ਰਿਫਲੈਕਟ ਅਪੋਨ ਦੀ ਐਗਜੈਕਟ ਪੰਜਾਬੀ ਹਾਂ ਅਕਲ ਨੂੰ ਹੱਥ ਮਾਰੋ ਤੇ ਨਹੀਂ ਤੇ ਫਿਰ ਨਾ ਕਹਿਣਾ
ਹਮੇ ਮਰਵਾ ਦਿਆ ਜੀ ਡਾਕਟਰ ਸਾਹਿਬ ਹੁਣ ਆਪਾਂ ਅੱਜ ਦੇ ਵਿਚਾਰ ਤੇ ਆਉਂਦੇ ਹਾਂ ਹਾਂਜੀ ਅਸੀਂ ਰੋਜ਼ਾਨਾ ਆਪਣੇ ਪ੍ਰੋਗਰਾਮ 'ਚ ਬਾਬਾ ਕਬੀਰ ਸਾਹਿਬ ਦੀ ਜਿਹੜੀ ਬਾਣੀ ਹੈ ਔਰ ਬਾਣੀ ਦੇ ਵਿੱਚ ਵੀ ਇੱਕ ਹਿਮ ਫਾਰਮ ਹੁੰਦਾ ਹੈ ਸ਼ਬਦ ਫਾਰਮ ਹੁੰਦਾ ਹੈ ਇੱਕ ਟੂ ਲਾਈਨਰਸ ਨੇ ਜਿਹਨਾਂ ਨੂੰ ਕਪਲੇਟ ਕਿਹਾ ਜਾਂਦਾ ਹੈ ਸੋ ਇਹ ਕਬੀਰ ਸਾਹਿਬ ਦੇ ਔਰ ਵੈਸੇ ਵੀ ਜਿਹੜੀ ਉਹਨਾਂ ਦੇ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਵੀ ਹੈ ਬਹੁਤ ਸਾਰੇ ਜਿਹੜੇ ਉਹਨਾਂ ਦੀ ਹੋਰ ਇੱਕ ਗ੍ਰੰਥ ਹੈ ਕਬੀਰ ਬੀਚਕ ਗ੍ਰੰਥ ਉਹਦੇ 'ਚ ਨੇ ਔਰ ਬਹੁਤ ਪਾਪੂਲਰ ਨੇ ਉਸਨੂੰ ਯੂਜਲੀ ਕਬੀਰ ਕੇ ਦੋਹੇ ਕਹਿੰਦੇ ਹੈ ਔਰ ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਕਾਫੀ ਦੋਹੇ ਬਹੁਤ ਪਾਪੂਲਰ ਕਿਉਂਕਿ ਇੱਕ ਤਾਂ ਸਿੰਪਲ ਹੁੰਦਾ ਹੈ ਇੱਕ ਉਹਦੇ 'ਚ ਕਰਕਸ ਹੁੰਦਾ ਮੈਸੇਜ ਦਾ ਔਰ ਸਾਦਾ ਜ਼ਬਾਨ ਹੁੰਦੀ ਹੈ ਔਰ ਈਵਨ ਆਬਿਦਾ ਪਰਵੀਨ ਜਿਹੜੇ ਸੂਫੀ ਫਕੀਰ ਹੈ ਉਹਨਾਂ ਨੇ ਵੀ ਔਰ ਗੁਲਜ਼ਾਰ ਜਿਹੜਾ ਉਹਨਾਂ ਦੇ ਮਿਊਜ਼ਿਕ ਔਰ ਉਹਦੀ ਸੈਟਿੰਗ ਦੇ ਨਾਲ ਉਹਨਾਂ ਨੇ ਵੀ ਆਬਿਦਾ ਪਰਵੀਨ ਨੇ ਕਬੀਰ ਦੇ ਦੋਹੇ ਗਾਏ ਨੇ ਸੋ ਮੈਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਦੱਸ ਰਿਹਾ ਜਿਹੜੇ ਅਦਰਵਾਈਜ਼ ਸ਼ਾਇਦ ਅਜੇ ਸਕ੍ਰਿਪਚਰਸ ਗੁਰੂ ਗ੍ਰੰਥ ਸਾਹਿਬ ਤੋਂ ਬਹੁਤੇ ਵਾਕਫ ਨਾ ਹੋਣ ਔਰ ਕਬੀਰ ਸਾਹਿਬ ਦਾ ਸਲੋਕ ਨੰਬਰ 113 ਹੈ ਕਬੀਰ ਸਭ ਜਗ ਹੋਂ ਫਿਰਿਓ ਮਾਂਦਲ ਕੰਧ ਚੜ੍ਹਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਹੁਣ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਫਕੀਰ ਹੁੰਦੇ ਨੇ ਉਹਨਾਂ ਦਾ ਇੱਕੋ ਹੀ ਢੰਡੋਰਾ ਹੁੰਦਾ ਅੱਲਾਹੂ ਅੱਲਾਹੂ ਕਿ ਇੱਕੋ ਹੀ ਰੱਬ ਹੈ ਇੱਕੋ ਹੀ ਰੱਬ ਹੈ ਔਰ ਕੁਛ ਨਹੀਂ ਹੈ ਰੱਬ ਤੋਂ ਬਿਨਾਂ ਔਰ ਕਬੀਰ ਸਾਹਿਬ ਵੀ ਉਸੇ ਹੀ ਸੁਰ ਦੇ ਵਿੱਚ ਕਹਿ ਰਹੇ ਨੇ ਕਬੀਰ ਸਭ ਜਗ ਹੋਂ ਫਿਰਿਓ ਮਾਂਦਲ ਕੰਢ ਚੜ੍ਹਾਏ ਮਾਂਡਲ ਕਹਿੰਦੇ ਨੇ ਢੋਲ ਨੂੰ ਕਿ ਮੈਂ ਢੋਲ ਨੂੰ ਮੋਢੇ ਤੇ ਰੱਖ ਕੇ ਤੁਰਿਆ ਜਦੋਂ ਆਮ ਜ਼ਬਾਨ 'ਚ ਵੀ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਤਾਂ ਬੜਾ ਢੋਲ ਵਜਾਇਆ ਔਰ ਦੱਸ ਦਿੱਤਾ ਦੁਨੀਆਂ ਨੂੰ ਕਿ ਸੱਚ ਕੀ ਹੈ ਇਹ ਕਹਿੰਦੇ ਨੇ ਕਿ ਮੈਂ ਇਹ ਮੋਢੇ ਤੇ ਰੱਖ ਕੇ ਦੁਨੀਆਂ ਸਾਰੀ ਨੂੰ ਦੱਸ ਰਿਹਾ ਵਜਾ ਵਜਾ ਕੇ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ ਕਿ ਸਾਰਿਆਂ ਨੂੰ ਮੈਂ ਪਰਖ ਕੇ ਦੇਖ ਲਿਆ ਦੁਨੀਆਂ 'ਚ ਕੋਈ ਕਿਸੇ ਦਾ ਨਹੀਂ ਹੈ ਜੇ ਹੈ ਦੁਨੀਆਂ 'ਚ ਰਹਿਣ ਵਾਲਾ ਤੇ ਉਹ ਸਿਰਫ ਰੱਬ ਹੈ ਉਸ ਦੀ ਹਸਤੀ ਹੈ ਉਸ ਦੀ ਜ਼ਾਤ ਹੈ ਜੇ ਭਰੋਸਾ ਰੱਖਣਾ ਤੇ ਰੱਬ ਦੀ ਜ਼ਾਤ ਤੇ ਰੱਖੋ ਕਿਸੇ ਹੋਰ ਤੇ ਨਹੀਂ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚੀਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤਾਤੀ ਵਾਓ ਕਿ ਜਿਹਨੂੰ ਜਦੋਂ ਤੱਕ ਤਾਂ ਅਸੀਂ ਦੇਖਦੇ ਹਾਂ ਜੀ ਮੇਰਾ ਭਰਾ ਖੜੇਗਾ ਮੇਰਾ ਚਾਚਾ ਹੈ ਮੇਰਾ ਤਾਇਆ ਹੈ ਮੈਂ ਵੱਡਾ ਅਮੀਰ ਮੇਰਾ ਕਬੀਲਾ ਮੇਰਾ ਫਲਾਣਾ ਤੁਸੀਂ ਪਿੱਛੇ ਮੁੜ ਕੇ ਦੇਖ ਰਹੇ ਹੋ ਕਿ ਬਈ ਤੁਹਾਡੇ ਪਿੱਛੇ ਤਾਂ ਕੋਈ ਵੀ ਨਹੀਂ ਔਰ ਜਦੋਂ ਸਾਰੇ ਆਸਰੇ ਤੁਸੀਂ ਛੱਡ ਦਿੰਦੇ ਹੋ ਔਰ ਫਿਰ ਜਿਹਨੂੰ ਉਹ ਕਹਿੰਦੇ ਨੇ ਕਿ ਭਾਈ ਦੁਆ ਉਹ ਹੀ ਕਬੂਲ ਹੁੰਦੀ ਹੈ ਕਿ ਜਿਹੜੀ ਦਿਲ ਨਾਲ ਹੁੰਦੀ ਹੈ ਉਹ ਉਦੋਂ ਹੀ ਹੁੰਦੀ ਹੈ ਜਦੋਂ ਬਾਕੀ ਕਿਸੇ ਦਾ ਆਸਰਾ ਨਹੀਂ ਹੁੰਦਾ ਤੁਹਾਨੂੰ ਫਿਰ ਉਸ ਰੱਬ ਦੇ ਉੱਤੇ ਤੁਸੀਂ ਆਪਣੀ ਡੋਰੀ ਸੁੱਟਦੇ ਹੋ ਤੇ ਕਹਿੰਦੇ ਹੋ ਕਿ ਪ੍ਰਭ ਡੋਰੀ ਹੱਥ ਤੋਂ ਮਾਰੇ ਔਰ ਜਦੋਂ ਡੋਰੀ ਫਿਰ ਉਹਦੇ ਹੱਥ 'ਚ ਹੁੰਦੀ ਆ ਉਹਨੇ ਤਾਂ ਫਿਰ ਉਹ ਪਤੰਗ ਨਹੀਂ ਨਾ ਕੱਟਣ ਦੇਣੀ ਡੋਰੀ ਫੜ ਕੇ ਉਹਨੇ ਤੁਣਕਾ ਦੇ ਦੇਣੀ ਕੱਢ ਕੇ ਲੈ ਜਾਣਾ ਸੋ ਦੂਸਰਾ ਸਲੋਕ ਹੈ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ ਬੜਾ ਖੂਬਸੂਰਤ ਸਲੋਕ ਹੈ ਕਿ ਬਹੁਤ ਵਾਰ ਉਹੀ ਕੁਛ ਤੁਹਾਡੇ ਆਲੇ ਦੁਆਲੇ ਹੁੰਦਾ ਜਦੋਂ ਕੋਈ ਬੰਦਾ ਤੁਰ ਜਾਂਦਾ ਹੈ ਪਿਛਲੇ ਦਿਨਾਂ 'ਚ ਹੀ ਇੱਕ ਸੱਜਣ ਜਿਹਨਾਂ ਜਿਹੜੇ ਚਲੇ ਗਏ ਉਹਨਾਂ ਦੇ ਨਿੱਜ 'ਤੇ ਉਹਨਾਂ ਨੇ ਕਿਹਾ ਜੀ ਜਦੋਂ ਜਦੋਂ ਲੋਕ ਅਫਸੋਸ ਲਈ ਆਏ ਔਰ ਜਿਵੇਂ ਜੋ ਜੋ ਗੱਲਾਂ ਉਹਨਾਂ ਬਾਰੇ ਦੱਸੀਆਂ ਵੀ ਮੇਰਾ ਤਾਂ ਉਹ ਪਿਓ ਸੀ ਮੈਂ ਆਪਣਾ ਸਿਰ ਧੁਣ ਕੇ ਬੈਠ ਗਿਆ ਕਿ ਅਸੀਂ ਖਜ਼ਾਨੇ ਦੇ ਕੋਲ ਬੈਠੇ ਰਹੇ ਤੇ ਬਾਹਰ ਅਸੀਂ ਕੌਡੀਆਂ ਇਕੱਠੀਆਂ ਕਰਦੇ ਰਹੇ ਉਸ ਖਜ਼ਾਨੇ ਨੂੰ ਅਸੀਂ ਖੋਲ ਕੇ ਹੀ ਨਹੀਂ ਦੇਖੇ ਇਹ ਹੁੰਦਾ ਜੀ ਉਹਨੂੰ ਹੀ ਫਿਰ ਕਿਹਾ ਵੀ ਘਰ ਕਾ ਜੋਗੀ ਜੋ ਬੜਾ ਬਾਹਰ ਕਾ ਜੋਗੀ ਸੀ ਇਹ ਇੱਕ ਪਾਰਟ ਹੈ ਔਰ ਦੂਸਰਾ ਕਿ ਜੇ ਤੁਹਾਡੇ 'ਤੇ ਰੱਬ ਦੀ ਰਹਿਮਤ ਨਹੀਂ ਹੈ ਤੇ ਤੁਹਾਡੇ ਆਲੇ ਦੁਆਲੇ ਜੋ ਹੈ ਉਹ ਜਿੰਨੀ ਮਰਜ਼ੀ ਖੁਦਾਈ ਪਿਆਰ ਦੀ ਦੌਲਤ ਹੋਏ ਉਹਨੂੰ ਤੁਸੀਂ ਪਛਾਣਦੇ ਹੀ ਨਹੀਂ ਹੋ ਉਹਨੂੰ ਲੰਘ ਜਾਂਦੇ ਹੋ ਜਿਵੇਂ ਇਹਦੇ ਲਈ ਕਬੀਰ ਸਾਹਿਬ ਨੇ ਦੁਨਿਆਵੀ ਦੌਲਤ ਦੀ ਐਗਜ਼ਾਮਪਲ ਦਿੱਤੀ ਕਿ ਮਾਰਗ ਮੋਤੀ ਬੀਥਰੇ ਕਿ ਇੱਕ ਰਸਤਾ ਹੈ ਉਸ ਦੇ ਵਿੱਚ ਮੋਤੀ ਬਿਖਰੇ ਹੋਏ ਨੇ ਪਰ ਉਹ ਮੋਤੀ ਤਾਂ ਉਹਨੂੰ ਨਜ਼ਰ ਆਉਣਗੇ ਜਿਹਦੀਆਂ ਅੱਖਾਂ ਨੇ ਅਤੇ ਜੇ ਉਸ ਰਸਤੇ 'ਤੇ ਆ ਕੇ ਅੰਧਾ ਨਿਕਸਿਓ ਆਏ ਅੰਨਾ ਉਸ ਥਾਂ 'ਤੇ ਆ ਜਾਏ ਉਹਦੇ ਲਈ ਮਿੱਟੀ ਅਤੇ ਮੋਤੀ 'ਚ ਤਾਂ ਕੋਈ ਫਰਕ ਨਹੀਂ ਹੈ ਮਤਲਬ ਇਹ ਹੈ ਵੀ ਸਾਡੀ ਜ਼ਿੰਦਗੀ ਦੇ ਅੰਦਰ ਰੱਬ ਦੇ ਪਿਆਰ ਦੇ ਮੋਤੀ ਖਿਲ ਰਹੇ ਹੋਏ ਨੇ
ਪਰ ਅਸੀਂ ਅਗਿਆਨ ਕਰਕੇ ਇਗਨੋਰੈਂਸ ਕਰਕੇ ਨਾਇਵਟੀ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਅਨਾ ਕਰਕੇ ਹਸਦ ਕਰਕੇ ਸਾਡਾ ਮਨ ਅੰਨਾ ਅਸੀਂ ਉਸ ਦੌਲਤ ਨੂੰ ਰੱਬ ਕਿਤੇ ਬਾਹਰ ਤੇ ਨਹੀਂ ਬੈਠਾ ਕਿਤੇ ਪਹਾੜ ਤੇ ਚੜ ਕੇ ਨਹੀਂ ਬੈਠਾ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਕਾਹੇ ਰੇ ਮਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ ਔਰ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਭਾਈ ਅੰਨੇ ਹੋ ਕੇ ਅਸੀਂ ਉੱਥੋਂ ਗੁਜ਼ਰ ਰਹੇ ਹਾਂ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ ਕਿਉਂਕਿ ਉਸ ਜਗਤ ਈਸ਼ ਜਗਦੀਸ਼ ਹੈ ਉਸ ਸੰਸਾਰ ਦਾ ਆਲਮ ਦਾ ਮਾਲਕ ਜੇ ਉਸ ਦਾ ਨੂਰ ਸਾਡੇ ਅੰਦਰ ਉਸਨੂੰ ਅਸੀਂ ਤੱਕਿਆ ਨਹੀਂ ਹੈ ਉਸ ਨੂੰ ਦੇਖਿਆ ਨਹੀਂ ਹੈ ਤੇ ਜਗਤ ਉਲੰਘੇ ਜਾਏ ਫਿਰ ਇਹ ਜਿਹੜੀ ਲੁੱਟ ਹੈ ਉਹ ਪਈ ਹੋਈ ਹੈ ਮੋਤੀ ਪਏ ਹੋਏ ਨੇ ਔਰ ਕਬੀਰ ਸਾਹਿਬ ਨੇ ਕਿਹਾ ਕਿ ਲੁੱਟਣਾ ਹੈ ਤੋ ਲੁੱਟ ਲੈ ਰਾਮ ਨਾਮ ਕੀ ਲੁੱਟ ਪਾਛੇ ਫਿਰ ਪਛਤਾਏਗੋ ਪ੍ਰਾਣ ਜਾਏ ਜਬ ਛੂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖ